ਅਸਲਾਮ ਅਲੈਕਮ ਭਾਈ। ਵਾਲੇਕੁਮ ਸਲਾਮ ਜੀ। ਆ ਕਬੂਤਰ ਆ? ਨਹੀਂ, ਇਹ ਬਾਜ਼ ਆ। ਬਾਜ਼ ਆ ਭਰਾਵਾ, ਬਾਜ਼ ਆ। ਕੀ ਹੈ ਇਲ? ਆ ਇਹ ਕੀ ਹੈ ਇਲ? ਇਹਦਾ ਪੁੱਛਣ ਡਈ ਆ, ਮੈਂ ਵੀ ਇਹਦਾ ਹੀ ਦੱਸਣ ਡਿਆ। ਇਲ ਆ ਇਲ ਅੰਗਰ ਤੇ ਤੂੰ ਪੈਣ ਡਿਆ ਵਾ, ਇਹਨੂੰ ਇਲ ਕਹੀ ਜਾਂਦਾ ਵਾ। ਇਲਾ ਮਰ ਗਈ, ਤੂੰ ਬੋਲੀ ਜਾਣੀ ਕੈਂ ਕੈਂ ਕਰਕੇ ਤੇ ਇਹਨੂੰ ਮੈਂ ਕਹੀ ਜਾਂਦਾ ਵਾ। ਇਹ ਕਬੂਤਰ ਆ ਬੀਬੀ, ਕਬੂਤਰ ਆ। ਉਹ ਤੇ ਮੈਨੂੰ ਵੀ ਸਾਫ਼ ਹੀ ਨਜ਼ਰ ਆਉਣ ਡਿਆ ਵੀ ਕਬੂਤਰ ਆ। ਤੇ ਫਿਰ ਕਿਉਂ ਪੁੱਛਣ ਡਈ ਹੈ ਕਿ ਕਬੂਤਰ ਆ ਹੈਗੀ ਆ? ਜਦੋਂ ਕਬੂਤਰ ਆ ਤੇ ਫਿਰ ਪਤਾ ਹੀ ਹੈ ਕਬੂਤਰ ਆ। ਕਿਹੜਾ ਕਬੂਤਰ ਆ? ਅੰਗਰੇਜ਼ ਕਬੂਤਰ ਹੈਗਾ ਤੇਰੇ ਕੋਲ? ਕਿਹੜਾ ਅੰਗਰੇਜ਼ ਕਬੂਤਰ? ਨਹੀਂ, ਅੰਗਰੇਜ਼ ਨਹੀਂ ਆ, ਜਪਾਨੀ ਕਬੂਤਰ ਹੈਗਾ ਮੇਰੇ ਕੋਲ। ਜਪਾਨ ਕੋ ਮੁਸਲਮਾਨ ਕਬੂਤਰ ਹੈ? ਹਾਂ ਜੀ ਹੈ। ਇਹ ਮੁਸਲਮਾਨ ਹੀ ਕੱਲ੍ਹ ਦੇ ਖਤਨੇ ਕਰਾਏ ਆ, ਐਵੇਂ ਵੇਖਣ ਡਿਆ ਖਰਾਬ ਤਾਂ ਨਹੀਂ ਹੋ ਗਏ? ਸਹੀ ਆ, ਚਾਹੀਦਾ ਕੀ ਹੈ? ਕਬੂਤਰ ਹੀ ਚਾਹੀਦੇ ਭਰਾਵਾ, ਹੋਰ ਕੀ। ਆਪ ਤੂੰ ਭੁੱਗੀ ਵਰਗੀ ਹੈ, ਲੈਣ ਕਬੂਤਰ ਆ ਗਈ ਬੀਬੀ। ਜੁਗਤਾ ਨਾ ਕਰ ਭਰਾਵਾ, ਮੈਨੂੰ ਕਬੂਤਰ ਵਿਖਾ। ਤੇ ਕਬੂਤਰ ਹੀ ਵਿਖਾਉਣ ਡਿਆ, ਕਬੂਤਰ ਲੱਗੇ ਨੇ ਪਿੰਜਰੇ 'ਚ, ਵੇਖ ਕਿਹੜਾ ਕਬੂਤਰ ਚਾਹੀਦਾ ਵਾ। ਡਬਲ ਸਿਮ ਵਾਲਾ ਕਬੂਤਰ ਹੈ? ਡਬਲ ਸਿਮ ਵਾਲਾ ਕਬੂਤਰ ਮੇਰੇ ਕੋਲ, ਸਿੰਗਲ ਸਿਮ ਵਾਲਾ ਕਬੂਤਰ। ਸਿੰਗਲ ਸਿਮ ਵਾਲਾ ਨਹੀਂ, ਮੈਨੂੰ ਡਬਲ ਸਿਮ ਵਾਲਾ ਚਾਹੀਦਾ ਵਾ। ਦੋ ਟਾਈਮ ਕਰ ਸਿਮ ਸੁੱਟ ਦੇ ਆਓ। ਓਪੋ ਦਾ ਕਬੂਤਰ ਹੈ? ਓਪੋ ਦਾ ਨਹੀਂ, ਮੇਰੇ ਕੋਲ ਪੋਪੋ ਦਾ ਹੈਗਾ ਵਾ, ਚਾਹੀਦਾ ਵਾ, ਤੇ ਭੁੱਗੜੇ ਦਾ ਚਾਹੀਦਾ ਵਾ। ਅੱਛਾ ਭਰਾਵਾ, ਇਨਫਿਨਿਕਸ ਕਬੂਤਰ ਹੈ ਤੇਰੇ ਕੋਲ? ਨਹੀਂ, ਵੀਵੋ ਦਾ ਹੈਗਾ ਵਾ ਮੇਰੇ ਕੋਲ। ਵੀਵੋ ਤਾਂ ਵਿਖਾ ਮੈਨੂੰ, ਅੱਜ ਕੱਲ੍ਹ ਕੰਪਨੀ ਬੜੀ ਚੱਲਣ ਡਈ। ਟੈਕਨੋ ਵੀ ਚੱਲ ਰਹੀ, ਟੈਕਨੋ ਦਾ ਵਿਖਾ ਮੈਂ। ਟੈਕਨੋ ਦਾ ਕਿਹੜਾ ਕਬੂਤਰ? ਤੈਨੂੰ ਕਬੂਤਰ ਚਾਹੀਦਾ ਕਿਹੜਾ, ਉੱਡਣ ਵਾਲਾ ਜਾਂ ਹੱਥ 'ਚ ਬਣਨ ਵਾਲਾ? ਮੈਨੂੰ ਕਬੂਤਰ ਚਾਹੀਦਾ ਵਾ ਗਾਲਾਂ ਕੱਢਣ ਵਾਲਾ, ਜਿਹੜਾ ਦੱਬ ਕੇ ਗਾਲਾਂ ਕੱਢੇ। ਕਬੂਤਰ ਬੋਲਣ ਵਾਲਾ ਕਬੂਤਰ ਹੋਵੇ? ਉਹ ਮੇਰੇ ਕੋਲ ਕਬੂਤਰੀ ਆ, ਜਿਹੜੀ ਦੱਬ ਕੇ ਬੋਲਦੀ ਹੈ, ਚਿੜ ਚਿੜ ਕਰਦੀ ਹੈ। ਮੇਰੇ ਕੋਲ ਕਬੂਤਰ ਸਾਰੇ ਹੀ ਸ਼ਰੀਕ ਆ। ਨਹੀਂ ਭਰਾਵਾ, ਸਾਡੀ ਜਿਹੜੀ ਹਮਸਾਈ ਹੈ ਨਾ, ਉਹਦੀ ਮੇਰੀ ਅਕਸਰ ਲੜਾਈ ਹੋ ਜਾਂਦੀ। ਉਹ ਗਾਲਾਂ ਕੱਢ ਕੇ ਮੈਨੂੰ ਦੌੜ ਜਾਂਦੀ, ਮੇਰੇ ਕੋਲ ਕੱਢੀਆਂ ਨਹੀਂ ਜਾਂਦੀਆਂ ਗਾਲਾਂ। ਮੈਂ ਚਾਹੁੰਦੀ ਹਾਂ ਵੀ ਕੋਈ ਕਬੂਤਰ ਐਸਾ ਲਵਾਂ ਬੋਲਣ ਵਾਲਾ ਵੀ ਜਿਹੜਾ ਮੇਰੇ ਹਿੱਸੇ ਦੀਆਂ ਗਾਲਾਂ ਕੱਢੇ। ਤੂੰ ਕਬੂਤਰ ਨਾ ਲਾ, ਤੂੰ ਕੁੱਤਾ ਲੈ ਲਾ ਗਾਲਾਂ ਕੱਢਣ ਵਾਲਾ। ਮੇਰੇ ਕੁੱਤਾ ਹੀ ਸਹੀ ਹੈ, ਸੂਟ ਵੀ ਤੈਨੂੰ ਕੁੱਤਾ ਹੀ ਪਹਿਣਾ ਵਾ। ਤੂੰ ਕੁੱਤੇ ਨੂੰ ਸਮਝਾਏਗੀ, ਕੁੱਤਾ ਉਹਦੇ ਮਗਰ ਭੱਜਿਆ ਫਿਰੇਗਾ। ਕਬੂਤਰ ਵਿਚਾਰੇ ਨੇ ਕਿਹੜੀਆਂ ਗਾਲਾਂ ਕੱਢਣੀਆਂ ਬੀਬੀ? ਤੂੰ ਪਾਗਲ ਤਾਂ ਨਹੀਂ ਹੈਗੀ ਕਿਧਰੇ? ਬੋਲਣ ਵਾਲਾ ਤੋਤਾ ਹੁੰਦਾ ਵਾ ਨਾ? ਬੋਲਣ ਵਾਲਾ ਤੋਤਾ ਹੁੰਦਾ ਵਾ, ਐਵੇਂ ਬੋਲਣ ਵਾਲਾ ਕਬੂਤਰ ਨਹੀਂ ਹੋ ਸਕਦਾ। ਮੇਰੇ ਕੋਲ ਤੇ ਬੋਲਣ ਵਾਲਾ ਕੋਤਾ ਵੀ ਹੈਗਾ ਵਾ। ਉਹ ਆਪਣੇ ਘਰ ਲੈ ਜਾ, ਤੂੰ ਸਾਨੂੰ ਨਹੀਂ ਚਾਹੀਦਾ। ਮੈਂ ਕੀ ਕਰਨਾ ਵਾ, ਮੈਂ ਰੱਖਿਆ ਵਾ, ਉਹ ਰੇੜੀ ਦੇ ਨਾਲ ਜੋਈਦਾ ਵਾ, ਕੰਮ ਕਰਦਾ ਵਾ, ਚੀਜ਼ਾਂ ਚੁੱਕ ਕੇ ਲਿਆਂਦਾ ਲੈ ਜਾਂਦਾ। ਤੈਨੂੰ ਉਹ ਚਾਹੀਦਾ ਤੇ ਉਹ ਲੈ ਲਾ, ਤੂੰ ਆਪ ਹੀ ਪੁੱਠੀਆਂ ਗੱਲਾਂ ਸਾਰੀਆਂ ਕਰਨ ਡਈ ਹੈ, ਤੈਨੂੰ ਆਪ ਹੀ ਨਹੀਂ ਪਤਾ ਮੈਂ ਕੀ ਕਰਨਾ ਕੀ ਨਹੀਂ ਕਰਨਾ ਤੇ। ਅੱਛਾ ਵੀਰੇ, F-16 ਕਬੂਤਰ ਹੈ? ਹੈ F-16 ਕਬੂਤਰ? ਨਹੀਂ, ਕੀ ਹੋਇਆ? ਮੇਰੇ ਕੋਲ ਜੰਬੂ ਆ। ਜੰਬੂ ਕਿਹੜਾ? ਜੰਬੂ ਕਬੂਤਰ, ਉਹ ਫੁੱਲ ਸਾਈਜ਼ ਜਿਹੜਾ ਹੁੰਦਾ। ਆਹੋ, ਫੁੱਲ ਸਾਈਜ਼ ਕਬੂਤਰ, ਫੁੱਲ ਸਾਈਜ਼। ਆਹੋ, ਤੂੰ ਉਹੀ ਲੈ ਜਾ ਨਾ, ਤੈਨੂੰ ਸਮਝ ਵੀ ਆਵੇ ਕਿ ਫੁੱਲ ਸਾਈਜ਼ ਕਬੂਤਰ ਜਿਹੜਾ ਜੰਬੂ ਸਾਈਜ਼ ਆ ਉਹ ਠੀਕ ਹੈ। F-16 ਕੀ ਕਰਨਾ, ਉਹਦੀ ਸਪੀਡ ਹੀ ਬਹੁਤ ਹੁੰਦੀ ਹੈ, ਪਾਗਲ ਹੈ, ਐਵੇਂ ਸਿਰ 'ਚ ਜੂ ਵੱਜਦਾ ਫਿਰੇਗਾ, ਉਹ ਕਰੇਗਾ। ਸਲਮਾਨ ਖਾਨ ਦੇ ਵੀਰੇ ਫਿਲਮ ਦੇਖੀ ਤੋ? ਉਹ ਜੇ ਚਗਾੜਾ ਕਬੂਤਰ ਜਾ 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 ਕਬੂਤਰ ਜਾ, ਉਹ ਜਿਹੜਾ ਸਲਮਾਨ ਖਾਨ ਮੂੰਹ 'ਚ ਖੱਤ ਰੱਖ ਕੇ ਭੇਜਦਾ ਵਾ ਨਾ, ਪਹਿਲੇ ਪਿਆਰ ਕੀ ਪਹਿਲੀ ਚਿੱਠੀ, ਹਾਂ ਮੇਰੇ ਸਾਜਨ ਕੋ ਦੇ ਆ ਕਬੂਤਰ ਜਾ ਜਾ ਜਾ, ਤੂੰ ਵੀ ਮੇਰੀ ਦੁਕਾਨ ਤੋਂ ਜਾ ਜਾ ਜਾ। ਓਏ, ਉਹ ਕਬੂਤਰ ਨਹੀਂ ਹੈਗਾ, ਉਹ ਫਿਲਮ ਵਾਲਾ ਕਬੂਤਰ ਆ, ਉਹ ਤੇ ਬਸ ਐਵੇਂ ਗੱਲਾਂ ਹੀ ਬਣੀਆਂ ਹੋਈਆਂ ਵਾ। ਮੈਂ ਚਾਹੁੰਦੀ ਵੀ ਮੈਨੂੰ ਉਹ ਕਬੂਤਰ ਮਿਲੇ ਵੀ ਜਿਹੜਾ ਜਾ ਕੇ ਸਨਿਆ ਦੇ ਐਵੇਂ। ਇਸ ਉਮਰ ਬੀਬੀ ਤੈਨੂੰ ਇਸ਼ਕ ਚੜੇ ਪਿਆ, ਕੋ ਖੁਦਾ ਦਾ ਖੌਫ ਖਾ ਬੱਚਿਆ ਨਹੀਂ ਹੈ ਤੂੰ, ਤੇਰਾ ਕਬੂਤਰ ਹੋ ਜਾਈਦਾ ਜਿਹੜਾ ਸਨਿਆ ਦੇ ਆਵੇ, ਜਿਹੜਾ ਖੱਤ ਲੈ ਕੇ ਤੇਰਾ ਟੁੱਟ ਜਾਵੇ। ਦਿਲ ਹੋਣਾ ਚਾਹੀਦਾ ਜਵਾਨ, ਉਮਰਾਂ 'ਚ ਕੀ ਰੱਖਿਆ ਭਰਾਵਾ, ਉਮਰ ਤੇ ਤੇਰੀ ਵੀ ਨਹੀਂ ਹੁਣ ਕਬੂਤਰ ਵੇਚਣ ਵਾਲੀ, ਘਰ ਬਹਿ ਕੇ ਅੱਲਾ ਅੱਲਾ ਕਰਨ ਵਾਲੀ ਉਮਰ ਹੈ। ਅੱਲਾ ਅੱਲਾ ਕਰੇ, ਮੈਂ ਤੇਰੇ ਵਾਲੇ ਡਾਂਗ ਭੋਲ ਆਇਆ ਵਾ, ਜਾਂ ਮੈਂ ਤੇਰੇ ਸਿਰ 'ਚ ਡਾਂਗ ਮਾਰ ਲਈ, ਮੈਂ ਖੰਘ ਕਰਦਿਆਂ ਤੇਰੇ ਤੋਂ ਖੰਘੂਰਾ ਸੁੱਟ ਦਿੱਤਾ ਵਾ ਕਿ ਮੇਰੀ ਅੱਲਾ ਕਰਨ ਵਾਲੀ ਉਮਰ। ਇੱਦਾਂ ਦੀਆਂ ਗੱਲਾਂ ਕਰਨਾ, ਗੰਦੀਆਂ ਗੱਲਾਂ ਤੈਨੂੰ ਗੰਦੀਆਂ ਗੱਲਾਂ ਕਿਹੜੀਆਂ, ਮੈਂ ਤੇਰੇ ਨਾਲ ਖੰਘੂਰੇ ਸੁੱਟਣ ਡਿਆ ਤੂੰ ਲੋਕਾਂ ਤੇ, ਤੂੰ ਮੈਨੂੰ ਬੁੱਢਾ ਕਿਉਂ ਕਰ ਦਿੱਤਾ ਵਾ, ਤੇ ਮੈਂ ਤਾਂ ਤੈਨੂੰ ਇਹੀ ਗੱਲ ਕਹਿਣੀ
ਜਾਣੀ ਹੈ, ਅੱਲਾ ਅੱਲਾ ਤੇ 24 ਘੰਟੇ ਕਰੀਦਾ। ਕਿੰਨੀ ਉਮਰ ਹੈ ਵੈਸੇ ਤੇਰੀ? ਤੂੰ ਕਿ ਮੇਰੇ ਵੈਸੇ ਰਿਸ਼ਤਾ ਲੈ ਕੇ ਆਈ ਆਂ ਤੂੰ? ਕਬੂਤਰ ਵਰਗਾ ਫੜਿਆ ਪਿਆਰ ਦਾ ਦਾਣਾ ਪਾ ਕੇ? ਨਹੀਂ ਮੇਰੇ ਕੋਲ ਨਹੀਂ ਹੈ ਦਾਣਾ, ਮੇਰੇ ਕੋਲ ਉਹ ਹੈਗਾ ਵਾ ਜਿਹੜਾ ਪਾ ਕੇ ਕਬੂਤਰ ਫੜੀਦਾ, ਬਲਕਿ ਕਬੂਤਰ ਹੀ ਫੜੀ ਦੀਆਂ। ਉਹ ਦਾਣਾ ਚਾਹੀਦਾ ਵਾ, ਦਾਣਾ ਮੈਂ ਲੈ ਦੇਣਾ ਤੈਨੂੰ। ਜੇਕਰ ਤੇਰੇ ਕੋਲ ਦਾਣਾ ਹੁੰਦਾ ਤੇ ਤੂੰ ਇੱਕ ਹੀ ਵਿਆਹ ਕਰ, ਇੱਕ ਵਿਆਹ ਹੋਇਆ ਹੋਣਾ ਤੇਰਾ। ਇਹਨੂੰ ਮੇਰੇ ਵਿਆਹ ਨਾਲ ਕੀ ਤੱਲਗਾ, ਕਬੂਤਰ ਲੈਣ ਆਈ ਆ ਜਾਂ ਰਿਸ਼ਤੇ ਕਰਾਉਣ ਵਾਲੀ ਆ? ਦੋ ਨਹੀਂ ਵੀਰੇ, ਲੈਣ ਤੇ ਕਬੂਤਰ ਹੀ ਆਈ ਆ ਮੈਂ। ਆ ਕੀ ਮਕਈ ਸੁਕਾਉਂਦੇ? ਆ ਮਕਈ ਸੁਕਾਉਣ ਦੇ? ਉਹ ਬੀਬੀ ਮਕਈ ਨੀ ਸੁਕਾਉਣ ਦੇ, ਦਿਮਾਗ ਤੇਰਾ ਠੀਕ ਆ? ਛੱਲੀਆਂ ਭੋਰੀਆਂ ਮਕਈ ਤੇ ਛੱਲੀ ਉਹੀ ਹੁੰਦੀ ਤੇਰੀ ਮਾਤਾ ਭਾਜੀ। ਇਹ ਕਬੂਤਰਾਂ ਦਾ ਦਾਣਾ ਵਾ, ਉਹ ਵੇਚਦੇ ਆ, ਉਹਨਾਂ ਨੇ ਇਕੱਠਾ ਕਰਕੇ ਬਣਾਇਆ, ਮਿਕਸ ਕੀਤਾ ਵਾ। ਚਾ ਮੈਂ ਸੰਗਿਆ ਕੋਈ ਚੀਜ਼ ਸੁੱਕਣੇ ਪਾਈ ਆ, ਚਾਰ ਚੂਰ ਬਣਾਉਣਾ ਸੀ। ਲੈ ਚਾਰ ਕਿਹੜਾ ਮਕਈ ਦਾ ਚਾਰ ਪੈਂਦਾ ਵਾ ਬੀਬੀ? ਕਿਉਂ ਦਿਮਾਗ ਨੂੰ ਖਾਲੀ ਕਰਨ ਲੱਗੀ ਮੇਰੇ ਨੂੰ? ਮਰਜ਼ੀ ਹੈ ਇਨਸਾਨ ਦੀ, ਜਿਹੜੀ ਚੀਜ਼ ਮਰਜ਼ੀ ਦਾ ਚਾਰ ਪਾ ਲਵੇ। ਇਹ ਕੀ ਹੈ ਦਾਣਾ? ਉਹ ਦਾਣੇ ਦਾਣੇ 'ਤੇ ਲਿਖਾ ਹੈ ਖਾਣੇ ਵਾਲੇ ਕਾ ਨਾਮ। ਇਹ ਉਹ ਦਾਣਾ ਵਾ ਜੇ ਕਬੂਤਰ ਖਾਂਦੇ ਆ, ਤੈਨੂੰ ਕਿਉਂ ਨਹੀਂ ਸਮਝ ਆਉਂਦੀ? ਆ ਕਬੂਤਰ ਜਦੋਂ ਵੀਰੇ ਤੂੰ ਉਡਾਉਂਦਾ ਵਾ, ਉਹਦੀਆਂ ਮਿੱਠਾ ਮੂੰਹ ਨਾ ਕੈਚ ਕਰ ਲੈਂਦਾ। ਤੈਨੂੰ ਉਹ ਚਾਹੀਦਾ ਵਾ? ਐਸੇ ਹੀ ਪੁੱਛਿਆ ਵਾ। ਨਹੀਂ ਜਿਵੇਂ ਮਿਸਾਲ ਨੀ ਬਣੀ ਕਿ ਤੂੰ ਤਾਂ ਉੱਡਦੇ ਕਬੂਤਰ ਦੀਆਂ ਮਿੱਠਾ ਮੂੰਹ ਨਾ ਕੈਚ ਕਰ। ਉੱਡਦੇ ਕਬੂਤਰ ਤੇ ਪਰ ਗਿਣਨ ਨਾਲ ਗੱਲ ਹੁੰਦੀ ਹੈ, ਤੂੰ ਪੁੱਠੀਆਂ ਮਸਾਲਾ ਕਿਉਂ ਦੇਣ ਡਈ ਹੈ? ਤੇ ਤੂੰ ਪਰ ਛੱਡ, ਤੂੰ ਵੀ ਕੈਚ ਕਰੀ ਜਾਈ। ਤੇਰਾ ਆਪ ਵਿੱਠ ਵਰਗਾ ਮੂੰਹ ਆ, ਮੈਂ ਤੈਨੂੰ ਕੈਚ ਕਰ। ਮੇਰਾ ਵਿੱਠ ਵਰਗਾ ਭਰਾਵਾ, ਤੇਰਾ ਫੇਠ ਵਰਗਾ ਮੂੰਹ ਆ। ਉਹ ਤੂੰ ਜਾਣਾ ਵਾ ਜਾਂ ਕੋਈ ਸ਼ਹਿ ਲੈਣੀ ਹੋ? ਨਾ ਤੇਰੇ ਕਬੂਤਰ ਅੰਡੇ ਵੀ ਦਿੰਦੇ ਆ? ਉਹ ਮੇਰੇ ਅੰਡਾ ਅੰਡਾ ਦਿੰਦੇ? ਅੰਡੇ ਕਬੂਤਰੀਆਂ ਦਿੰਦੀਆਂ ਵਾ, ਕਬੂਤਰ ਅੰਡਾ ਨਹੀਂ ਦਿੰਦਾ, ਕਬੂਤਰੀ ਦਿੰਦੀ ਹੈ। ਕਬੂਤਰੀ ਅੰਡਾ ਦਿੰਦੀ ਹੈ? ਹੋਰ ਤੇ ਕਬੂਤਰ ਕੀ ਦਿੰਦਾ? ਕੋ ਖਰਚਾ ਪਾਣੀ ਦਿੰਦਾ ਕਿ ਨਹੀਂ ਦਿੰਦਾ? ਕਿਹਨੂੰ? ਕਬੂਤਰੀ ਅੰਡੇ ਦਿੰਦੀ, ਕਬੂਤਰ ਨੂੰ ਵੀ ਤਾਂ ਕੁਛ ਦੇਣਾ ਚਾਹੀਦਾ। ਤੇ ਕਬੂਤਰ ਮਤਲਬ ਉਹਦਾ ਘਰ ਵਾਲਾ ਵਾ, ਉਹਨਾਂ ਦੀ ਆਪਣੀ ਅੰਡਰਸਟੈਂਡਿੰਗ ਆ, ਹਰ ਕੁਛ ਨਾ ਕੁਛ ਦਿੰਦਾ ਹੀ ਹੈ ਤੇ ਉਹ ਅੰਡਾ ਦਿੰਦੀ ਹੈ ਨਾ। ਉਹਦਾ ਘਰ 'ਚ ਲਾਉਂਦਾ ਨਾ, ਕੋਈ ਲਿਆਉਂਦਾ ਹੀ ਹੈ ਕਮਾ ਕੇ, ਕੋਈ ਦਾਣਾ ਪਾਣੀ ਕੁਛ ਲਿਆਉਂਦਾ ਕਿ ਨਹੀਂ ਲਿਆਉਂਦਾ? ਇਹ ਅੰਡੇ ਵੀ ਕਬੂਤਰ ਲੈ ਜਾ, ਕਿਹੜਾ ਹੈ ਤੇਰਾ ਕੰਮ ਆਊਗਾ? ਨਹੀਂ ਇਹਦੇ ਨਾਲ ਪਰ ਘੱਟ ਹੈ। ਐ ਪਰ ਨਹੀਂ ਘੱਟ, ਪਰ ਮੈਂ ਕੱਟੇ ਹੋਏ ਆ ਤਾਂ ਕਿ ਉੱਡੇ ਨਾ, ਤੇਰੇ ਹਾਰ ਦੀ ਹੈ ਨਾ, ਇੱਧਰ ਉੱਧਰ ਜਾ ਕੇ ਬਹਿ ਜਾਂਦੀ ਹੈ ਦੂਸਰਿਆਂ ਦੇ ਕੁੱਡਿਆਂ ਦੇ, ਦੂਜਿਆਂ ਦੇ ਕਬੂਤਰਾਂ ਦੇ ਨਾਲ ਚੁੰਝਾ ਲੜਾਉਂਦੀ, ਇਹ ਤਾਂ ਇਹਦੇ ਪਰ ਕੱਟੇ ਆ ਮੈਂ। ਇਹਨੂੰ ਪੋਲੀਓ ਦੇ ਟੀਕੇ ਲਵਾਏ ਆ? ਕਿ ਨਹੀਂ, ਇਹਨੂੰ ਪੋਲੀਓ ਤਾਂ ਨਹੀਂ ਲਾਇਆ, ਇਹਨੂੰ ਮੈਂ ਮਨਸੂਬਾਬੰਦੀ ਦੇ ਲਵਾਏ ਆ। ਕੀ ਮਤਲਬ ਮਨਸੂਬਾਬੰਦੀ ਦੇ? ਇਹਨਾਂ ਦਾ ਵੀ ਡਾਕਟਰ ਆਇਆ ਸੀ, ਇਹਨੂੰ ਲਾ ਕੇ ਗਿਆ, ਅੰਡੇ ਬੜੇ ਦੇ ਹੁੰਦੇ ਸੀ, ਬੱਚੇ ਬੜੇ ਕੱਢਦੀ ਸੀ, ਇਹ ਤਾਂ ਵਾ ਸਾਰਾ ਥੜਲਾ ਕੁੱਡਾ, ਇਹਦਾ ਹੀ ਭਰਿਆ ਪਿਆ ਵਾ, ਤਾਂ ਇਹਨੂੰ ਮਨਸੂਬਾਬੰਦੀ ਦਾ ਟੀਕਾ ਲਵਾਇਆ ਵਾ। ਆ ਭਰਜਾਈ ਤੋਂ ਨਸੀਹਤ ਹੋਈ ਹੋਣੀ ਤੈਨੂੰ? ਕਿਉਂ, ਕੀ ਗੱਲ ਆ ਗਈ? ਉਹਦੇ ਵੀ ਮੇਰੇ ਖਿਆਲ ਮਾਸ਼ਾਅੱਲਾ ਬੱਚੇ ਤੁਹਾਡੇ ਉਤਰੀ ਹੋ। ਅੱਛਾ ਮੈਨੂੰ ਇਹ ਦੱਸ ਵੀ ਜਦੋਂ ਤੁਸੀਂ ਇਹਨੂੰ ਉਡਾਉਣਾ ਨਾ ਹੋਵੇ ਤੇ ਇਹਦੇ ਪਰ ਬੰਨ ਦਿੰਦੇ? ਇਹਦੇ ਪਰ ਕੱਟ ਦੇਈਦੇ ਆ। ਆ ਕਬੂਤਰ ਮੈਨੂੰ ਤੂੰ ਡੱਬੇ 'ਚ ਪਾ ਕੇ ਦੇਣੇ ਆ। ਕਾਹਦੇ ਵਾਸਤੇ? ਨਾਲ ਇਹਦੇ ਚਾਰਜਰ ਵੀ ਦੇਣਾ ਤੇ ਹੈਂਡ ਫਰੀ ਵੀ ਦੇਣੀ। ਕਿਹਦੇ ਨਾਲ? ਕਬੂਤਰ ਦੇ ਨਾਲ। ਤੂੰ ਮੋਬਾਈਲ ਲੈਣ ਆਈ ਹੈ ਜਾਂ ਕਬੂਤਰ ਲੈਣ ਆਈ ਹੈ? ਕਬੂਤਰ ਲੈਣ ਆਈ ਹੈ। ਹੈਂ? ਕਬੂਤਰ? ਤੂੰ ਇਹਦੇ ਨਾਲ ਫਿਰ ਕਹੇਂਗੀ ਮੈਨੂੰ ਡੱਡੂ ਚਾਰਜਰ ਵੀ ਦੇ, ਉਹ ਜਕੜ ਬੰਦ ਵਾਵਾ ਪਾਉਂਦਾ ਵਾ। ਇਹ ਕਬੂਤਰ ਆ ਉਹਨੂੰ ਚਾਰਜਰ ਸਹੀ ਨਹੀਂ ਲੱਗਾ, ਡੱਡੂ ਚਾਰਜਰ ਲਾਵਾਂਗੀ ਮੈਂ। ਹੈਂ? ਕਬੂਤਰ ਜਿੱਦਾਂ ਦਾ ਹੋਵੇ ਡੱਬਾ ਉੱਦਾਂ ਦਾ ਹੋਣਾ ਚਾਹੀਦਾ ਵਾ। ਡੱਬਾ ਤੇ ਇੰਪੋਰਟਡ ਚਾਰਜਰ, ਕਿਉਂ ਇਹਦੇ ਨਾਲ ਸਪੇਅਰ ਪਾਰਟਸ ਮਿਲਦੇ ਨਹੀਂ ਆ ਦੁਬਾਰਾ, ਤੇ ਉਹ ਫਿਰ ਚਾਰਜਰ ਵੀ ਇੰਪੋਰਟਡ ਹੀ ਲੱਗਦਾ ਵਾ। ਹਾਂ ਹਾਂ, ਚਾਰਜਰ ਵੀ ਇੰਪੋਰਟਡ ਦਾ ਵੀ ਤੇ ਨਾਲ ਹੈਂਡ ਫਰੀ ਵੀ। ਹਾਂ, ਇਹਦਾ ਮੇਰੇ ਕੋ ਕਬੂਤਰ ਸੁਣਿਆ ਨਹੀਂ ਜਾਂਦਾ। ਕਬੂਤਰ ਸੁਣਿਆ ਨਹੀਂ? ਕਬੂਤਰ ਹੋਣਾ ਤੂੰ ਉਹਦੇ ਵਿੱਚ ਕੰਨ 'ਚ ਲਾ ਕੇ? ਹਾਂ, ਤੇ ਹੈਂਡ ਫਰੀ ਲਾ ਕੇ ਫੇਰ ਹੀ ਸੁਣੂਗੀ ਨਾ। ਬਿੱਠਾ ਦੀ ਜਗ੍ਹਾ ਤੇ ਚਾਰਜਰ ਲਾਏਗੀ, ਜਿੱਥੋਂ ਬਿੱਠਾ ਕਰਦਾ ਉੱਥੇ ਚਾਰਜਰ ਲਾਏਗੀ, ਜਗ੍ਹਾ ਬਣੀ ਹੋਈ। ਇਹ ਮੇਰੀ ਮਰਜ਼ੀ ਹੈ ਕਿ ਮੈਂ ਸੀਟ ਐਪ ਆ, ਸੀਟ ਐਪ ਆ ਵਿੱਚ ਲਾਤਾ ਤੇ ਚਾਰਜ ਹੋ ਜਾਏਗਾ। ਉਹ ਬੀਬੀ ਐਵੇਂ ਦਿਮਾਗ ਨਾ ਖਾ, ਪਤਾ ਨਹੀਂ ਘਰੋਂ ਤੂੰ ਮੋਬਾਈਲ ਲੈਣ ਆਈ ਆ,
ਤੈਨੂੰ ਦੇ ਦਿਆਂ ਮੈਂ ਕਬੂਤਰ ਮੋਬਾਈਲਾਂ ਵਾਲੇ ਦੇ ਦਿਆਂ। ਵਾਹ ਜੀ ਵਾਹ। ਫਿਰ ਕਿਹੜੀ ਗੱਲ ਆ, ਮੈਂ ਜਿਹੜੀ ਚੀਜ਼ ਮੰਗਣ ਨਹੀਂ ਤੂੰ ਮੈਨੂੰ ਦੇ ਨਾ ਜਾ, ਤੇ ਤੂੰ ਕਹਿ ਦੇ ਵੀ ਮੇਰੇ ਕੋਲ ਕਬੂਤਰ ਨਹੀਂ ਹੈਗੇ। ਕਬੂਤਰ ਤੇ ਹੈਗੇ ਨੇ, ਤੇਰੇ ਅੱਖਾਂ ਨੇ ਕੀ ਆ, ਨਜ਼ਰ ਨਹੀਂ ਆਉਂਦੇ, ਕਬੂਤਰ ਹੀ ਆ। ਸਪਰਿੰਗ ਵਾਲਾ ਕਬੂਤਰ ਹੈਗਾ? ਹੈਂ, ਸਪਰਿੰਗ ਵਾਲਾ ਕੀ ਤੂੰ ਉਹਦੇ ਕੋਲ ਜੰਬਰ ਲਵਾਉਣੇ ਆ ਕਬੂਤਰ ਕੋਲ? 2 GB ਦਾ ਮੈਮਰੀ ਕਾਰਡ ਜਿਹ 'ਚ ਪੈਂਦਾ ਹੋਵੇ ਉਹ ਕਬੂਤਰ? ਮੇਰੇ ਕੋਲ 265 GB ਦਾ ਵਾ ਮੈਮਰੀ ਕਾਰਡ ਵਾਲਾ ਕਬੂਤਰ। 4 GB ਦਾ ਕਾਰਡ ਜਿਹਦੇ 'ਚ ਪੈਂਦਾ ਹੋਵੇ ਉਹ ਵੀ ਹੈ? ਹਾਂਜੀ ਹੈਗਾ ਵਾ, ਹੈਗਾ ਵਾ। ਕਬੂਤਰ ਵਹਾ ਤੇ ਸਹੀ ਤੇ ਵਹਾ ਵਾ ਕੀ ਮਰਾਂ, ਮਤਲਬ ਤੈਨੂੰ ਵਹਾ ਤੇ ਰਿਹਾ ਸਾਹਮਣੇ ਹੀ ਆ ਵਿੱਚ ਵਹਾ ਕੇ ਫੌਰਨ ਵਿੱਚ ਵਾੜ ਦਿੱਤਾ ਉਹਦੇ? ਹੈ ਉਹਦੇ ਪਿੰਜਰੇ ਦੇ ਵਿੱਚ? ਉਹ ਤਾਂ ਫੌਰਨ ਹੀ ਵਿੱਚ ਵਾੜਨਾ ਵਾ ਕਿ ਉੱਡ ਜਾਵੇ। ਚਿੱਟੇ ਤੇਰੇ ਕੋਲ ਇੰਨੇ ਆ, ਕਾਲਾ ਤੇਰੇ ਕੋਲ ਇੱਕ ਹੀ ਕਬੂਤਰ ਆ? ਕਾਲਾ ਕੋਈ ਕੋਈ ਹੁੰਦਾ ਵਾ, ਬਾਕੀ ਇੰਜ ਦੇ ਹੁੰਦੇ ਨੇ, ਚਿੱਟੇ ਹੁੰਦੇ ਆ। ਅੱਛਾ 5 ਕਬੂਤਰ ਦੇ ਦੇ। ਅੱਛਾ ਡੱਬਿਆਂ ਸਮੈਤ, ਡੱਬਿਆਂ 5 ਚਾਰਜਰ ਤੇ 5 ਹੈਂਡਪ੍ਰੀਆਂ। ਉਹ ਮੋਬਾਈਲ ਆ ਪਰ ਚ ਪਾ ਦੇ ਮੈਨੂੰ। ਕਬੂਤਰ ਮੇਰਾ 33 ਦਾ ਸ ਨਹੀਂ 36 ਦਾ ਸ 36 ਦਾ ਸਦਾ ਨੂੰ ਕਬੂਤਰ ਮੈਨੂੰ ਵਹਾ ਕੱਢ ਕੇ। ਕਿਹੜਾ ਨੋਕੀਆ ਦਾ? ਕਿਹੜੀ ਕਿਹੜੀ ਨਸਲ ਦਾ? ਬਹੁਤ ਹੀ ਘਟੀਆ ਨਸਲ ਦਾ ਕੋ ਕਬੂਤਰ ਵਹਾ? ਉਹ ਮੇਰੇ ਸਾਹਮਣੇ ਕਬੂਤਰੀ ਗਈ ਆ। ਕਿਹੜੀ? ਮੈਂ ਹੈ ਵਾ ਮੇਰੇ ਕੋਲ ਆ ਆ ਜਿਹੜੀ ਕਾਲੀ ਜੀ ਗੱਲਾਂ ਕਰਦੀ। ਹਾਂ ਕਾਲੀ ਜੀ, ਇਹ ਸਭ ਤੋਂ ਘਟੀਆ ਨਸਲ ਸਾਰਿਆਂ ਨਾਲੋਂ ਘਟੀਆ। ਇਹਦੀ ਪਰਵਰਿਸ਼ ਤੇ ਤੁਸੀਂ ਘਰ ਹੀ ਕੀਤੀ? ਨਹੀਂ, ਪਤਾ ਨਹੀਂ ਕਿੱਥੋਂ ਹੋਈ ਹਵਾਈ ਆਈ ਫੜੀ ਆ, ਵਾ ਆਈ ਹੈ ਬੈਠੀ ਪਿੰਜਰੇ ਤੇ ਮੈਂ ਫੜ ਲਈ ਹੈ। ਵੇਖਿਆ, ਮੈਂ ਪਹਿਲੇ ਕਿਹਾ ਸੀ ਨਾ ਤੂੰ ਚੰਗਾ ਬੰਦਾ ਨਹੀਂ ਆ। ਅਵਾਰਾ ਕਬੂਤਰੀਆਂ ਤੇ ਅਵਾਰਾ ਕਬੂਤਰ ਰੱਖਣਾ ਤੂੰ ਆਪਣੇ। ਓ ਚੱਲ ਬੀਬੀ ਆਪਣਾ ਕੰਮ ਕਰ ਜਾ। ਕੱਤ ਤੋਂ ਕਰਾਂ ਜਦ ਕਬੂਤਰ ਲੈਣ ਆਈਆਂ ਤਾਂ ਹੋਰ ਕੰਮ ਕਰਨ ਦੀ ਕਿਹੜੀ ਲੋੜ ਆ? ਤੂੰ ਕਬੂਤਰ ਲੈਣ ਕਾਹਦੇ ਵਾਸਤੇ ਆਈ ਆ? ਐਵੇਂ ਮੈਨੂੰ ਡੱਬੇ ਵੀ ਦੇ ਦਿਆਂ, ਤੈਨੂੰ ਮੈਂ ਚਾਰਜਰ ਵੀ ਦੇ ਦਿਆਂ, ਨਾਲ ਤੈਨੂੰ ਮੈਂ 5 GB ਦਾ ਕਾਰਡ ਵੀ ਦੇ ਦਿਆਂ, ਤੂੰ ਲੈਣ ਕੀ ਆਈ ਆ? ਕਬੂਤਰ ਲੈਣ ਆਈ ਆ, ਮੋਬਾਈਲ ਲੈਣ ਆਈ ਆ? ਕਬੂਤਰ ਹੀ ਲੈਣ ਆਈ ਆ, ਮੋਬਾਈਲ ਲੈਣ ਆਈ ਹੋਵੇ ਤੇ ਮੋਬਾਈਲ ਦੁਕਾਨ ਤੇ ਨਾ ਜਾਵਾਂ? ਤੇ ਉਹਨੂੰ ਚਾਰਜ ਕਰਦਿਆਂ ਕਬੂਤਰ ਫੁੜ ਕੇ ਜਾਣਾ, ਫੇਰ ਕੌਣ ਜ਼ਿੰਮੇਦਾਰ ਹੋਣਾ ਵਾ? ਐਂ ਕਰਕੇ ਤੂੰ ਬਿਜਲੀ ਲੈਣਾ, ਐਂ ਕਰਕੇ ਤੂੰ ਸੀ ਟੈਪ ਦੇਣੀ, ਉਹ ਕਬੂਤਰ ਪਏ ਆਈ। ਕਬੂਤਰ ਨੂੰ ਚਾਰਜਰ ਲਾਵਾਂ ਨਾ ਲਾਵਾਂ ਮੇਰੀ ਮਰਜ਼ੀ ਆ, ਤੂੰ ਦੇ ਚਾਰਜਰ ਨਾਲ ਮੈਨੂੰ। ਓਏ ਚਾਰਜਰ ਨਾਲ ਕਬੂਤਰ ਨਹੀਂ ਹੁੰਦੇ, ਕੀ ਗੱਲ ਆ? ਉਹ ਖਲੋਣੇ ਵਾਲੀਆਂ ਦੁਕਾਨਾਂ ਤੋਂ ਲੈ ਲਾ, ਉਹ ਫਿਰ ਤੈਨੂੰ ਚਾਬੀ ਵਾਲਾ ਲੱਭ ਜਾਏਗਾ, ਬੈਟਰੀ ਚਾਰਜਿੰਗ ਵਾਲਾ ਲੱਭ ਜਾਏਗਾ। ਚੱਲ ਬੀਬੀ ਦਿਮਾਗ ਨਾ ਖਾ, ਆ ਪਿੰਜਰੇ ਸਮੇਤ ਕਬੂਤਰ ਦੇ ਨਾਲ 2 ਕਬੂਤਰ ਲਈਏ ਤੇ ਆ ਵੱਡਾ ਪਿੰਜਰਾ ਦੇ ਦੂੰਗਾ। ਕਾਹਦੇ ਲਈ ਤੈਨੂੰ ਦੇ ਦੂੰਗਾ, ਦੁਕਾਨ ਆ ਤੇ ਬਣਿਆ ਵਾ, ਤੂੰ ਜਿੱਥੇ ਲੈ ਕੇ ਜਾਣੇ ਨੇ ਉੱਥੇ ਪਿੰਜਰਾ ਨਹੀਂ ਬਣਵਾਇਆ ਤੂੰ? ਨਾ ਤੂੰ ਡੱਬਾ ਦੇ ਕੇ ਰਾਜ਼ੀ ਆ, ਨਾ ਤੂੰ ਪਿੰਜਰਾ ਦੇ ਕੇ ਰਾਜ਼ੀ ਆ, ਬੰਦਾ ਪੁੱਛੇ ਮੈਂ ਲੱਤ ਨਾ ਬੰਨ ਕੇ ਲੈ ਕੇ ਜਾਣੇ ਕਬੂਤਰ? ਮੈਂ ਤੈਨੂੰ ਪੁੱਤਾ ਦੇਣਾ ਆ, ਤੂੰ ਲੱਤ ਨਾ ਬੰਨ ਕੇ ਖੜਨਾ ਵਾ? ਲੈਲਾ ਤੈਨੂੰ ਮੈਂ ਦੇਣਾ ਵਾ, ਢੁੱਡਾ ਵੀ ਮਾਰਦਾ ਜਾਏਗਾ ਤੈਨੂੰ, ਬੰਨ ਕੇ ਲੈ ਜੀ ਨਾਲ। ਜਾਨਵਰ ਤੂੰ ਏਡੇ ਏਡੇ ਰੱਖੇ ਆ, ਨਾ ਤੈਨੂੰ ਵੱਡੇ ਵੱਡੇ ਜਾਨਵਰਾਂ ਦੀ ਯਾਦ ਆ ਵੀਰੇ। ਵਾਹ, ਤੇ ਗੱਲ ਵੀ ਤੇ ਤੂੰ ਉਂਝ ਦੀ ਕਰਨ ਡਈ। ਤੇ ਗੱਲ ਮੈਂ ਤੈਨੂੰ ਕਹਿਣ ਡਈ ਆ ਵੀ ਤੂੰ ਮੈਨੂੰ ਡੱਬੇ 'ਚ ਪਾ ਦੇ, ਤਾਂ ਤੈਨੂੰ ਨਹੀਂ ਹੈਗਾ ਪਤਾ ਕਿ ਵੀ ਡੱਬੇ 'ਚ ਪਾ ਕੇ ਦੇ। ਮੈਂ ਤੈਨੂੰ ਕਹਿੰਦੀ ਪਿੰਜਰੇ 'ਚ ਪਾ ਦੇ, ਪਿੰਜਰਿਆਂ 'ਚ ਵੀ ਨਹੀਂ ਤੂੰ ਪਾ ਕੇ ਦੇਣ ਡਿਆ, ਫਿਰ ਮੈਂ ਇਹੀ ਕਹਿਣਾ ਵੀ ਮੈਂ ਲੱਤ ਨਾ ਬੰਨ ਕੇ ਲੈ ਜਾ। ਲੱਤ ਨਾ, ਮੈਂ ਤੈਨੂੰ ਬੜਾਉਣਾ ਤੇਰੇ ਹੱਥ 'ਚ ਬੜਾਉਣਾ, ਤੂੰ ਹੱਥ 'ਚ ਫੜ ਕੇ ਲੈ ਜਾ। ਹੱਥ 'ਚ ਕਿਉਂ ਮੈਂ ਲੈ ਜਾਵਾਂ, ਮੇਰੇ ਹੱਥਾਂ 'ਚ ਉੱਡ ਗਿਆ ਤੇ ਕੌਣ ਜ਼ਿੰਮੇਦਾਰ ਆ? ਮੈਨੂੰ ਡਬਲ ਕਬੂਤਰ ਦੇਊਗਾ? ਡਬਲ ਮੈਂ ਪਰ ਵੱਡੇ ਕੱਟੇ ਹੋਣਗੇ ਤੇ ਤੂੰ ਲੈ ਜਾਵੀਂ, ਤੂੰ ਡੱਬੇ 'ਚ ਪਾ ਕੇ, ਤੂੰ ਫਰਸ਼ 'ਚ ਪਾ ਕੇ ਲੈ ਜਾ, ਪਰਸ ਪਾ ਕੇ, ਨਾਲੇ ਮਿੱਠਾ ਵੀ ਕਰੂਗਾ, ਤੇਰੇ ਕੰਮ ਵੀ ਆਉਣਗੀਆਂ। ਮਿੱਠਾ ਕਿਉਂ ਕੰਮ ਆਉਣਗੀਆਂ? ਆਹੋ, ਚੱਲ ਜਾ ਵੀ ਦਿਮਾਗ, ਚੱਲ ਜਾ ਨੀ ਮੈਨੂੰ ਡੱਬੇ 'ਚ। ਉਹ ਮੈਨੂੰ ਹੋਰ ਕੰਮ ਕਰ ਲੈਂਦੇ, ਹੋਰ ਕੰਮ ਤੂੰ ਬਾਅਦ 'ਚੋਂ ਕਰੀਏ। ਅੰਡਾ ਮੈਨੂੰ ਕੱਢ ਕੇ ਨਾ ਇਹਦਾ ਆਮਲੇਟ ਬਣਾ ਕੇ ਖਵਾ ਵੀ, ਸਹੀ ਆਮਲੇਟ ਬਣ ਕੇ ਘਰੋਂ ਭੁੱਖੀ ਆਈ ਆ ਤੂੰ? ਓਏ ਇਹਨਾਂ ਦੇ ਅੰਡਿਆਂ ਦਾ ਆਮਲੇਟ ਬਣਦਾ ਬੀਬੀ, ਕਿਉਂ ਪਾਗਲ ਵਾਲੀਆਂ ਗੱਲਾਂ ਕਰਨ ਡਈ ਆ ਤੂੰ? ਚੱਲ ਕੋਈ ਨੀ, ਹਲਵਾ ਬਣਾ ਦੇ ਅੰਡਿਆਂ ਦਾ। ਹਲਵਾ ਬਣਾ ਦੇ, ਚੱਲ ਜਾ, ਚੱਲ ਜਾ ਕੀ ਕਬੂਤਰ ਦੇ ਮੈਨੂੰ। 5 ਕਬੂਤਰ, 5 ਡੱਬੇ ਤੇ ਨਾਲ ਚਾਰਜਰ ਤੇ ਨਾਲ ਹੈਂਡ ਫਰੀਆਂ ਮੇਰੇ ਕੋਲ ਨਹੀਂ ਹੈਗੇ। ਚੱਲ ਉਤੋਂ ਤੂੰ ਤੂੰ ਫਿਰ ਵਾਰੰਟੀ ਕਾਰਡ ਵੀ ਮੰਗੇਂਗੀ? ਆ ਦੁਕਾਨ ਕਾਦੀ ਇੱਥੇ ਖੋਲੀ ਤੂੰ? ਦੁਕਾਨ ਕਾਦੀ ਆ, ਕਬੂਤਰ ਵੇਚਣਾ ਤੇ ਖੋਲੀ? ਕਬੂਤਰ ਵੇਚਣਾ ਤੂੰ ਦੇ ਡੱਬੇ ਫਿਰ ਉਹ ਕਬੂਤਰਾਂ ਦੇ ਨਾਲ, ਨਾਲ ਤੈਨੂੰ ਵਾਰੰਟੀ ਕਾਰਡ ਵੀ ਦਿਆਂ, 5 ਸਾਲ ਦੀ ਵਾਰੰਟੀ ਵੀ ਦਿਆਂ ਤੈਨੂੰ ਮੈਂ? ਉਹ ਤੇ ਤੈਨੂੰ ਦੇਣੀ ਪੈਣੀ ਆ, ਨਾਲ ਚਾਰਜਰ ਦਊਂਗਾ ਤੇ ਨਾਲ ਵਾਰੰਟੀ ਕਾਰਡ ਨਾ ਦਊਂਗਾ। ਕਿਉਂ ਦਊਂਗਾ, ਜਦੋਂ ਮੈਂ ਮੋਬਾਈਲ ਵੇਚਦਾ ਹੀ ਨਹੀਂ, ਮੈਂ ਕਬੂਤਰ ਵੇਚਣਾ ਵਾ, ਐਵੇਂ ਮੇਰੇ ਨੂੰ ਖਪਾ ਨਾ। ਮੈਂ ਨਾ ਮਾਫ ਕਰੇ, ਤੈਨੂੰ ਕਾਹਤੋਂ ਖਪਾਉਣਾ ਵਾ ਕਬੂਤਰ ਮੈਨੂੰ ਡੱਬਿਆਂ 'ਚ ਪਾ ਕੇ? ਤੂੰ ਜਾਣਾ ਕਿ ਨਹੀਂ ਜਾਣਾ? ਜਾਣਾ ਕਿ ਕਬੂਤਰ ਲੈ ਕੇ ਫੇਰ ਹੀ ਜਾਣਾ? ਜਾਣਾ ਹੀ ਆ, ਮੈਂ ਤੈਨੂੰ ਕਬੂਤਰ ਪਵਾਵਾਂ। ਮੈਂ ਤੂੰ ਮੈਨੂੰ ਕੋਈ ਕੁੱਤੇ ਆ ਜਿਹੜੇ ਤੂੰ ਮੈਨੂੰ ਕੁਆਣੇ ਆ? ਕਬੂਤਰ ਇਹਨਾਂ ਵਿਚਾਰਿਆਂ ਨੇ ਉੱਡ ਜਾਣਾ ਫੁਰ ਕਰਕੇ ਉੱਤੇ। ਤੂੰ ਵੀ ਤਾਂ ਬਿੱਲੀ ਵਰਗੀ ਹੈ ਨਾ, ਤੇ ਪੈਣ ਹੀ ਰਹੀ ਹੈ ਨਾ।
ਇਹ ਨਹੀਂ ਪੈ ਸਕਦੇ ਤੈਨੂੰ ਭਰਾਵਾ, ਮੇਰਾ ਦਿਮਾਗ ਨਾ ਖਰਾਬ ਕਰਨਗੇ, ਗਰਮੀ ਨਾ ਬਹੁਤ ਬੁਰਾ ਹਾਲ ਹੋਇਆ ਤੈਨੂੰ।